ਪੰਜਾਬ ਮਿਲ ਟੀਵੀ ਯੂ ਐਸ اے ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਆਏ ਬੈਠੇ ਆ ਉਹਨਾਂ ਨੂੰ ਜੀ ਆਇਆਂ ਕਹੀਏ ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼ਕਾਲ ਜੀ ਸਤਿ ਸ਼ਕਾਲ ਸੱਤੀ ਸਾਹਿਬ ਇੱਕ ਖਬਰ ਆਈ ਆ ਜੀ ਭਾਰਤ ਸਰਕਾਰ ਤੇ ਭਾਰਤ ਦੇ ਤੇ ਵਿੱਚ ਮੀਡੀਆ ਬੜੀਆਂ ਗੱਲਾਂ ਕਰਦਾ ਪਰ ਕਹਿੰਦੇ ਭਈ ਜਿਹੜੀ ਸ਼ਰਮੌਰ ਸੰਸਥਾ ਹੈਗੀ ਇੱਕ ਆਪਣੇ ਖਾਲਸਾ ਏਡ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਤੇ ਸਰਦਾਰ ਰਵੀ ਸਿੰਘ ਉਹਨਾਂ ਨੂੰ ساری ਦੁਨੀਆ ਜਾਣਦੀ ਹੈ ਉਹ ਕਹਿੰਦੇ ਸੰਸਥਾ ਨੋਬਲ ਪ੍ਰਾਈਜ਼ ਲਈ ਨਾਮਿਨੇਟ ਹੋ ਗਈ ਹੈ ਤੇਜਪਾਲ ਜੀ ਇਹ ਭਾਰਤ ਲਈ ਜੀ ਤੇ ਜਿਹੜੀਆਂ ਪੀਸ ਲਵਿੰਗ ਫੋਰਸਸ ਆ ਸ਼ਾਂਤੀ ਨੂੰ ਮੁਹੱਬਤ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਦੁਨੀਆ ਭਰ ਦੀਆਂ ਬਿਲਕੁਲ ਇਹ ਉਹਨਾਂ ਸਭ ਲਈ ਵਧਾਈ ਦੀ ਗੱਲ ਆ ਬਈ ਕਾਲ ਸਾ 8 ਜਿਹਨੂੰ ਰਵੀ ਸਿੰਘ ਹੁਰੀ ਅੱਗੇ ਲਾ ਕੇ ਚਲਾ ਰਹੇ ਨੇ ਬਿਲਕੁਲ ਉਹ ਨੋਬਲ ਪ੍ਰਾਈਜ਼ ਲਈ ਨੋਮੀਨੇਟ ਹੋਇਆ ਬਿਲਕੁਲ ਜਿਹੜਾ ਐਲਫਰਡ ਨੋਬਲ ਦੇ ਨਾਂ ਤੇ ਦਿੱਤਾ ਜਾਂਦਾ ਇਹ ਇਨਾਮ ਆ 스ਵੀਡਿਸ਼ ਨੋਬਲ ਅਕੈਡਮੀ ਜਿਹੜੀ ਆ ਉਹ ਹੀ ਦਿੰਦੀ ਆ ਬਿਲਕੁਲ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਇਹਨੂੰ ਕਿਹਾ ਜਾਂਦਾ ਇਹ ਹੈ ਇਹ ਕਹਿੰਦੇ ਹੋ ਕੀ ਤੈਨੂੰ ਨੋਬਲ ਮਿਲਿਆ ਜਾਂ ਨੋਬਲ ਮਿਲ ਜਾਣਾ ਤਾਂ ਇਹ ਵਿਗਿਆਨ ਸਾਹਿਤ ਸ਼ਾਂਤੀ ਲਈ ਪ੍ਰਦਾਨ ਕੀਤਾ ਜਾਂਦਾ ਆਪਣੇ ਗੁਆਂਡੀ ਮੁਲਕ ਚ ਮਲਾਲਾ ਯੂਸੁਫਜ਼ ਜੈ ਨੂੰ ਪਿੱਛੇ ਮਿਲ ਚੁੱਕਾ ਬਹੁਤ ਛੋਟੀ ਉਮਰ ਦੀ ਬੱਚੀ ਸੀ ਜਿੱਤੇ ਅਤਵਾਦੀਆਂ ਨੇ ਹਮਲਾ ਕੀਤਾ ਸੀ ਜੀ ਜੀ ਉਹ ਔਰਤਾਂ ਦੀ ਕੁੜੀਆਂ ਦੀ ਪੜ੍ਹਾਈ ਦੀ ਆਜ਼ਾਦੀ ਦੀ ਝੰਡਾ ਬਰਦਾਰ ਸੀ ਬਿਲਕੁਲ ਸਹੀ ਗੱਲ ਹੈ ਤੇ ਹੁਣ ਜਿਹੜਾ ਆਪਣੇ ਖਾਲਸਾ ਆਈਡ ਆ ਬਿਲਕੁਲ ਦੇਖੋ ਖਾਲਸਾ ਆਈਡ ਉਹ ਸੰਸਥਾ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਗਰੀਬਾਂ ਨਿਆਸਰਿਆਂ ਜੰਗਾਂ ਜੁੱਧਾਂ ਦੇ ਝੰਬੇ ਹੋਏ ਲੋਕਾਂ ਦੀ ਮਦਦ ਕਰਦੀ ਆ ਬਿਲਕੁਲ ਚਾਹੇ ਉਹ ਸੀਰੀਆ ਹੋਵੇ ਚਾਹੇ ਉਹ ਅਫਗਾਨਿਸਤਾਨ ਕੋਈ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ইরাਕ ਹੋਵੇ ਹਿੰਦੁਸਤਾਨ ਹੋਵੇ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਔਰ ਖਾਲਸਾ ਆਈਡ ਆਣ ਕੇ ਬੈਠੀ ਆ ਜੀ ਸਾਡੀ ਸਰਕਾਰ ਖਾਲਸਾ ਏਡ ਵਾਲਿਆਂ ਨੂੰ ਅੱਤਵਾਦੀ ਦੱਸੇ ਤੇ ਦੁਨੀਆ ਦੇ ਸਭ ਤੋਂ ਵੱਡੇ ਇਨਾਮ ਨੋਬਲ ਪ੍ਰਾਈਜ਼ ਲੈਣ ਵਾਲੀ ਜਿਹੜੀ ਸੰਸਥਾ ਆ ਉਹ ਉਹਨੂੰ ਨੋਮੀਨੇਟ ਕਰਦੀ ਹੋਵੇ ਤਾਂ ਇਹ ਕੋਈ ਜਣੀ ਕਿ ਕੋਈ ਨਾਪ ਤੋਲ ਕੋਈ ਹੈ ਇਸ ਗੱਲ ਨੂੰ ਮਾਪਣ ਦਾ ਅੱਛਾ ਤੁਸੀਂ ਬਾਕੀ ਛੱਡੋ ਅੱਤਵਾਦੀ ਦੱਸਣਾ ਇੱਕ ਸਾਈਡ ਤੇ ਆ ਜੀ ਐਨਆਈਏ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੀ ਉਹ ਇੱਥੇ ਦੇ ਜਿਹੜੇ ਇੰਡੀਆ ਦੇ ਹੈੱਡ ਨੇ ਸਰਦਾਰ ਅਮਰਪ੍ਰੀਤ ਸਿੰਘ ਹੁਣੀ ਜੀ ਉਹ ਉਹਨਾਂ ਨੂੰ ਐਨਆਈਏ ਵਾਲੇ ਨੋਟਿਸ ਭੇਜਦੇ ਪਏ ਆ ਵੀ ਤੁਸੀਂ ਦੇਸ਼ ਦੇ ਵਿਰੁੱਧ ਕੰਮ ਕਰ ਰਹੇ ਹੋ ਹੈ ਇਹ ਸ਼ਰਮ ਦੀ ਗੱਲ ਨਹੀਂ ਸਾਡੇ ਦੇਸ਼ ਲਈ ਜੇ ਜਦੋਂ ਸਾਡੀ ਸਰਕਾਰ ਨੋਟਿਸ ਦਿੰਦੀ ਹੋਵੇ ਹਾਂ ਔਰ ਜਿਹੜੀ ਨੋਬਲ ਕਮੇਟੀ ਆ ਉਹ ਨਾਮਿਨੇਟ ਕਰਦੀ ਹੋਵੇ ਜੀ ਅ ਔਰ ਇਹਨੂੰ ਤੁਸੀਂ ਕਿੱਦਾਂ ਲਵੋਗੇ ਕੋਈ ਹੈ ਕੋਈ ਇਸ ਗੱਲ ਨੂੰ ਮਾਪਣ ਦਾ ਕੋਈ ਯੰਤਰ ਨਹੀਂ ਵੀ ਸਰਕਾਰਾਂ ਕਿੱਦਾਂ ਸੰਸਥਾਵਾਂ ਨੂੰ ਬਦਨਾਮ ਕਰਦੀਆਂ ਬਿਲਕੁਲ ਅ ਅਰਬ ਮੁਲਕਾਂ ਦੇ ਵਿੱਚ ਔਰਤਾਂ ਚਾਹੇ ਉਹ ਅਰਬ ਮੁਲਕ ਹੋਣ ਤੇ ਚਾਹੇ ਆਪਣਾ ਹਿੰਦੁਸਤਾਨ ਹੋਵੇ ਆਮ ਤੌਰ ਤੇ ਜਿਹੜੀਆਂ ਮੁਸਲਮ ਔਰਤਾਂ ਪਰਦੇ ਚ ਰਹਿੰਦੀਆਂ ਪਰ ਤੁਸੀਂ ਇਹ ਗੱਲ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਭਰ ਚ ਜਿੱਥੇ ਜਿੱਥੇ ਰਵੀ ਸਿੰਘ ਹਰੀ ਕੰਮ ਕਰਦੇ ਨੇ ਖਾਲਸਾ ਐਡਵਨੋਂ ਜੀ ਮੁਸਲਮ ਔਰਤਾਂ ਉਹਨਾਂ ਕੋਲੋਂ ਪਰਦਾ ਨਹੀਂ ਕਰਦੀਆਂ ਉਹਨਾਂ ਨੂੰ ਪਿਤਾ ਸਮਾਨ ਭਰਾ ਸਮਾਨ ਸਮਝਦੀਆਂ ਤੇ ਆਮ ਤੁਸੀਂ ਉਹਨਾਂ ਨਾਲ ਗਲਵਕੜੀ ਪਾਉਂਦੇ ਦੇਖੋ ਸੋ ਉਹ ਬੰਦਾ ਜੇ ਨੂੰ ਦੁਨੀਆ ਪੂਜਦੀ ਹੋਵੇ ਸਾਡੀ ਸਰਕਾਰ ਸਾਡੀ ਕੇਂਦਰ ਸਰਕਾਰ ਉਹਨੂੰ ਅਤਵਾਦੀ ਦੱਸਦੀ ਹੋਵੇ ਤਾਂ ਉਹਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਹੁੰਦੀ ਹੋਵੇ ਉਹਦੀ ਸੰਸਥਾ ਸੋ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਆ ਦੇਸ਼ ਵਾਸੀਆਂ ਲਈ ਮਾਣ ਦੀ ਗੱਲ ਆ ਖਾਲਸਾ ਏਡ ਦੇ ਤਮਾਮ ਕਾਰਕੁਨ ਉਹ ਸਾਰੇ ਲੋਕ ਜਿਹੜੇ ਗੋੜੇ ਕਾਲੇ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਇਕੱਲੇ ਸਰਦਾਰ ਜਾਂ ਪੰਜਾਬੀ ਜਾਂ ਹਿੰਦੁਸਤਾਨੀ ਨਹੀਂ ਉਹਦੇ ਨਾਲ ਪੂਰੀ ਦੁਨੀਆ ਦੇ ਲੋਕ ਕੰਮ ਕਰਦੇ ਆ। ਇਹ ਬੰ ਅਰੇਬੀਅਨ ਕੁੜੀਆਂ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਪਰਦਾ ਕਰਦੀਆਂ। ਜੀ। ਅਰੇਬਨ ਕੁੜੀਆਂ ਅਰੇਬੀਅਨ ਕੁੜੀਆਂ ਜਿਹੜੀਆਂ ਹੈਗੀਆਂ ਉਹ ਵੀ ਖਾਲਸਾ ਹੈਲ ਸੰਸਥਾ 'ਚ ਕੰਮ ਕਰਦੀਆਂ ਔਰ ਅੱਗੇ ਵੱਧ ਚੜ ਕੇ ਕੰਮ ਕਰਦੀਆਂ। ਜਿਵੇਂ ਉਹੀ ਦੱਸਿਆ ਵੀ ਅਰਬ ਮੁਲਕਾਂ ਦੀਆਂ ਇਹੜੀਆਂ ਔਰਤਾਂ ਨੇ ਬੱਚੀਆਂ, ਨੌਜਵਾਨ, ਬੱਚੀਆਂ, ਵੱਡੇਰੀ ਉਮਰ ਦੀਆਂ ਉਹ ਸਭ ਔਰਤਾਂ ਵੀ ਖਾਲਸਾ ਹੈਲ ਲਈ ਕੰਮ ਕਰ ਰਹੀਆਂ ਹੈਗੀਆਂ। ਸੋ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਆ। ਰਵੀ ਸਿੰਘ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ। ਜੀ। ਅੱਛਾ ਇੱਕ ਚੀਜ਼ ਹੋਰ ਆਪਣੇ ਚੱਲ ਰਹੀ ਆ ਜੀ ਸਰਕਾਰ ਜਿੱਧਰ ਨੂੰ ਹੋ ਜਾਂਦੀ ਆ ਉਧਰ ਨੂੰ ਹੀ ਹੋ ਜਾਂਦੀ ਕਹਿੰਦੇ ਹੁਣ ਐਨਆਈਏ ਵਾਲਿਆਂ ਨੂੰ ਕੰਮ ਕੋਈ ਨਹੀਂ ਹੋਰ ਦੇਸ਼ ਬਹੁਤ ਸੁਰੱਖਿਆ ਕਰ ਲਈ ਉਹਨੀ ਦੇਸ਼ 'ਚ ਜੀ ਤੇ ਹੁਣ ਉਹ ਜਿੰਨੇ ਕਿਸਾਨ ਅੰਦੋਲਨ 'ਚ ਜਾ ਜਾ ਬੰਦੇ ਬੈਂਦੇ ਉਹ ਸਾਰਿਆਂ ਨੂੰ ਕਹਿੰਦੇ ਥੋਕਦੇ ਭਾ ਕਹਿੰਦੇ ਐਨਆਈਏ ਦੇ ਨੋਟਿਸ ਭੇਜੀ ਜਾਂਦੇ ਆ ਉਹਦੇ ਬਾਰੇ ਐਉਂ ਆ ਤੇਜਪਾਲ ਜੀ ਪਈ ਪਹਿਲਾਂ ਤਾਂ ਲੁਧਿਆਣੇ ਦੇ ਤਿੰਨ ਟਰਾਂਸਪੋਰਟਰ ਆਹ ਉਹਨਾਂ ਦਾ ਇੰਨਾ ਕੁ ਕਸੂਰ ਆ ਕਿ ਉਹਨਾਂ ਨੇ ਬੱਸ ਸੇਵਾ ਲਈ ਹੋਈ ਆ। ਆਪ ਕਿਸਾਨ ਉੱਥੇ ਪਹੁੰਚਦੇ ਕਿਸਾਨ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਉਧਰੋਂ ਇੰਦਰ ਲੈ ਕੇ ਆਉਂਦੇ ਆ ਇਧਰੋਂ ਉਧਰ ਲੈ ਕੇ ਜਾਂਦੇ ਲੋਕਾਂ ਨੂੰ ਉਹਨਾਂ ਨੂੰ ਨੋਟਿਸ ਦਿੱਤਾ ਗਿਆ। ਔਰ ਬਲਤੇਜ ਪੰਨੂ ਜੀ ਕਿਉਂਕਿ ਉਹ ਸਰਕਾਰ ਦੀ ਦੁੱਖ ਦੀ ਰਗ ਤੇ ਹੱਥ ਰੱਖਦੇ ਨੇ। ਸੱਚੀਆਂ ਸੱਚੀਆਂ ਗੱਲਾਂ ਕਰਦੇ ਨੇ। ਉਹਨਾਂ ਨੂੰ ਨੋਟਿਸ ਜਾਰੀ ਹੋਇਆ ਜੀ ਉਸ ਪਿੱਛੋਂ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਹੁੰਦਾ ਠੀਕ ਆ ਭਾਈ ਜਸਵੀਰ ਸਿੰਘ ਖਾਲਸਾ ਜੀ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਭਾਈ ਜੀ ਲੋਡੇ ਵੀ ਕਹਿ ਦਿੰਦੇ ਆ ਜੀ ਸਿੰਘ ਖਾਲਸਾ ਵੀ ਸੰਤ ਜਨਰਲ ਸਿੰਘ ਪਿੰਡਰਾਵਾਲਿਆਂ ਦੇ ਜਿਹੜੇ ਭਤੀਜੇ ਵੀ ਨੇ ਬਿਲਕੁਲ ਔਰ 84 ਵਿਲੇ ਜਦੋਂ ਕੱਲੂਕਾਰਾ ਹੋ ਕੇ ਹਟਿਆ ਉਦੋਂ ਉਹ ਜਥੇਦਾਰ ਥਾਪੇ ਗਏ ਸੀ ਸੋ ਉਹਨਾਂ ਨੂੰ ਨੋਟਿਸ ਜਾਰੀ ਹੁੰਦੇ ਆ ਬਰਬੀਰ ਸਿੰਘ ਰਾਜੇਵਾਲ ਹੋਰੀ ਕਹਿੰਦੇ ਨੇ ਪਈ ਸਰਕਾਰ ਹੁਣ ਪੂਰੀ ਤਰ੍ਹਾਂ ਘਬਰਾ ਚੁੱਕੀ ਆ ਬਿਲਕੁਲ ਔਰ ਇਹ ਜਿਹੜੇ ਸਾਰੇ ਨੋਟਿਸ ਆ NIA ਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹਨੂੰ ਕੌਮੀ ਜਾਸਤਿਆਂ ਦਾ ਸੀ ਵੀ ਆਪਾਂ ਕਹਿੰਦੇ ਆ ਪਈ ਇਹ ਘਬਰਾਹਟ ਵਿੱਚੀ ਸਰਕਾਰ ਜਾਰੀ ਕਰ ਰਹੀ ਆ ਜਾਂ ਕਰਵਾਏ ਜਾ ਰਹੇ ਆ ਤੇ ਅਸੀਂ ਇਹਨਾਂ ਨੋਟਿਸਾਂ ਨਾਲ ਝੁਕਣ ਵਾਲੇ ਲੋਕ ਨਹੀਂ ਹੈ ਜੀ ਅੱਛਾ ਇਹਦੇ ਚ ਦੋ ਗੱਲਾਂ ਮੈਂ ਕਰਦਾ ਪਹਿਲੀ ਗੱਲ ਇਹ ਆ ਜੀ ਜਿਹੜੀ 19 ਨੂੰ ਮੀਟਿੰਗ ਦੁਆਰਾ ਸੱਦੀ ਆ ਜੀ ਕੱਲ ਨੂੰ ਕੱਲ ਨੂੰ ਹਾਂਜੀ ਜਦ ਇੱਕ ਪਾਸੇ ਤਕੈਤ ਆਪਣੇ ਦੂਜੇ ਕਹਿ ਰਹੇ ਤੋਮਰ ਸਾਹਿਬ ਪੇ ਕਿਸਾਨ ਜਿਹੜੇ ਆ ਉਹ ਸੌਦਾ ਮੰਨਣ ਜੀ ਹਨਾ ਫਿਰ ਉਹ ਮੀਟਿੰਗ ਕਰਨ ਦਾ ਫਾਇਦਾ ਕੀ ਆ ਕਿਉਂ ਤੁਸੀਂ ਉਹਨਾਂ ਨੂੰ ਮੀਟਿੰਗ ਲਈ ਸੱਦ ਰਹੇ ਹੋ ਜਦ ਤੁਸੀਂ ਇਹ ਕਹਿੰਦੇ ਵੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਫਿਰ ਇਹ ਮੀਟਿੰਗ ਖਤਮ ਹੋ ਜਾਣੀ ਚਾਹੀਦੀ ਆ ਦੂਜੇ ਪਾਸੇ ਜਿਹੜੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਦਾ ਬੇਟੇ ਜਿਹੜੇ ਆ ਆਰਐਸ ਬੈਂਸ ਉਹਨਾਂ ਦੀ ਹਾਂਜੀ ਉਹ ਕਹਿੰਦੇ ਆ ਹਾਈ ਕੋਰਟਸ ਪ੍ਰੈਕਟਿਸ ਕਰਦੇ ਨੇ ਹਾਂਜੀ ਹਾਂਜੀ ਉਹ ਕਹਿੰਦੇ ਇਸ ਨੋਟਿਸ ਦਾ ਕੋਈ ਨਹੀਂ ਕਹਿੰਦੇ ਲਿਖਤੀ ਜਵਾਬ ਦੇ ਦਿਓ ਇਹਨਾਂ ਨੂੰ ਪੇ ਅਸੀਂ ਹਲੇ ਬਿਜ਼ੀ ਆ ਭਾਈ ਜਦੋਂ ਤੇਰਾ ਦੂਸਰਾ ਹੋਊਗਾ ਤੁਸੀਂ ਸਾਨੂੰ ਇਹ ਦੱਸ ਦਿਓ ਕੇਸ ਦੂਸਰੇ ਹੀ ਸਾਨੂੰ ਚਾਰਜ ਕਰ ਰਹੇ ਹੋ ਜਾਂ ਮੈਨੂੰ ਗਵਾਹ ਦੇ ਤੌਰ ਤੇ ਸਾਧ ਰਹੇ ਹੋ ਕਿਉਂ ਸਾਧ ਰਹੇ ਹੋ ਕਹਿੰਦਾ ਉਲਟਾ ਉਹਨਾਂ ਦੇ ਦੂਸਰੇ ਚ ਸਿੱਟਦੇ ਹੋ ਤੇ ਇਹ ਜਿਹੜੀਆਂ ਚੀਜ਼ਾਂ ਆ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਐਨਆਈਏ ਜਿਹੜੀ ਸੈਟੀਸਫਾਈ ਹੋ ਜਾਊਗੀ ਵੀ ਉੱਥੇ ਇਹ ਤਾਂ ਨਹੀਂ ਭੇਜ ਦਿੰਦਾ ਇਹ ਬੰਦਿਆਂ ਨੂੰ ਉੱਥੇ ਬੁਲਾ ਕੇ ਡਰਾਉਣਾ ਤੇ ਮਘਾਉਣਾ ਚਾਹੁੰਦੇ ਹੋਣ ਵੀ ਤੁਸੀਂ ਇਸ ਅੰਦੋਲਨ ਤੋਂ ਪਰੇ ਹੋ ਜਾਓ ਦੇਖੋ ਸਰਕਾਰ ਦਾ ਮੰਤਬ ਤਾਂ ਜਿਹੜੇ ਲੋਕ ਵੀ ਇਸ ਵੇਲੇ ਅੰਦੋਲਨ ਦੀ ਹਮਾਇਤ ਕਰ ਰਹੇ ਆ ਚਾਹੇ ਉਹ ਗੋਰੇ ਹੋਣ ਚਾਹੇ ਉਹ ਕਾਲੇ ਚਾਹੇ ਉਹ ਪੰਜਾਬੀ ਆ ਚਾਹੇ ਸਿੱਖ ਨੇ ਤੇ ਚਾਹੇ ਕੋਈ ਹੂਰ ਨੇ ਬਿਲਕੁਲ ਉਹਨਾਂ ਸਾਰਿਆਂ ਨੂੰ ਜਾਂਚ ਦੇ ਘੇਰੇ 'ਚ ਲਿਆਣ ਕੇ ਇੱਕ ਤਰ੍ਹਾਂ ਨਾਲ ਇਹ ਡਰਾਵੀ ਹੈ ਇਹ ਸਰਕਾਰ ਦੀ ਧਮਕੀ ਆ ਵੀ ਅਸੀਂ ਇਦਾਂ ਨਹੀਂ ਇਦਾਂ ਕਰਾਂਗੇ ਅੱਗੇ ਤੁਸੀਂ ਦੇਖੋ ਕਿੰਨੇ ਬੁੱਧੀਜੀਵੀ ਕਿੰਨੇ ਕਾਰਕੁਨ ਪੱਤਰਕਾਰ ਜਿਹੜੇ ਆ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਹੋਏ ਆ ਜਿਨ੍ਹਾਂ ਦੇ ਵਿੱਚ ਬਜ਼ੁਰਗ ਵਰਬਰਾ rau ਵਰਗੇ ਸਰਕਾਰ ਇਸ ਹੱਦ ਤੱਕ ਹੁਣ ਥੱਲੇ ਆ ਚੁੱਕੀ ਆ ਸੋ ਇਹ ਉਹਨਾਂ ਨੂੰ ਸਿਰਫ ਸੰਘਰਸ਼ ਤੋਂ ਲਾਂਬੇ ਕਰਨ ਦੀ ਇੱਕ ਚਾਲ ਆ ਸਰਕਾਰ ਦੀ ਤਾਂ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਰਾਜਵਾਲ ਸਾਹਿਬ ਕਹਿੰਦੇ ਆ ਵੀ ਅਸੀਂ ਇਹਨਾਂ ਨੋਟਿਸਾਂ ਨਾਲ ਝੁਕਣ ਵਾਲੇ ਲੋਕ ਨਹੀਂ ਨਾ ਹੀ ਅਸੀਂ ਝੁਕਣਾ ਹੈਗਾ ਜੀ ਸੋ ਇਸ ਕਰਕੇ ਇਹ ਜਿਹੜੇ ਹਾਲ ਦੀ ਘੜੀ ਨੋਟਿਸ ਨੇ ਇਹ ਜਿਹੜੇ ਆਰਐਸ ਬੇਸ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਵੀ ਉਹਨਾਂ ਦਾ ਜਵਾਬ ਦੇਵੋ ਬਾਕੀ ਜੋ ਹੁੰਦਾ ਉਹ ਦੇਖੀ ਜਾਊਗੀ ਅੱਛਾ ਹੁਣ 19 ਦਾ ਤਾਂ ਏਜੰਡਾ ਫੇਸ ਸੈੱਟ ਹੋ ਗਿਆ ਨਾ ਹਾਂਜੀ ਉਹਦੇ ਬਾਰੇ ਦੇਖ ਹਾਂਜੀ ਐਨਆਈਏ ਦੇ ਨੋਟਿਸਸ ਤੇ ਉਹ ਕਹਿੰਦੇ ਰਾਜਵਾਲ ਸਾਹਿਬ ਕਹਿੰਦੇ ਪਹਿਲਾਂ ਇਹਤੇ ਗੱਲ ਹੋਊਗੀ ਬਾਕੀ ਕੰਮ ਹੁਣ ਬਾਅਦ ਚ ਕਰਾਂਗੇ ਜੀ ਰਾਜਵਾਲ ਸਾਹਿਬ ਨੇ ਕਿਹਾ ਵੀ ਜਦੋਂ ਹੁਣ ਕੱਲ ਦੀ ਜਿਹੜੀ ਮੀਟਿੰਗ ਆ ਉਹ ਸਭ ਤੋਂ ਪਹਿਲਾਂ ਇਹ ਹੀ ਮੁੱਦਾ ਵਿਚਾਰਾਂਗੇ ਜੀ ਬਾਕੀ ਮੁੱਦੇ ਨੰਬਰ 2 ਤੇ ਔਰ ਨਾਲ ਦੀ ਨਾਲ ਤੁਸੀਂ ਦੇਖੋ ਵੀ ਇੱਕ ਬੰਨੇ ਤਾਂ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆ ਰਿਹਾ ਕੱਲ 23 ਜੇਨ ਮਦਦਾਂ ਤੇ ਗੱਲ ਕਰਨੀਆਂ ਕਾਨੂੰਨ ਜਿਹੜੇ ਖੇਤੀ ਕਾਨੂੰਨ ਦੇ ਤਿੰਨ ਉਹਨਾਂ ਦੀਆਂ ਮਦਦਾਂ ਤੇ ਜਾਂ ਉਹਨਾਂ ਚ ਸੋਧਾਂ ਬਾਰੇ ਗੱਲ ਕਰਨੀਆਂ ਤਾ ਗੱਲ ਕਰਨ ਪਈ ਜਿਹੜੇ ਹੈਗੇ ਖੇਤੀ ਕਾਨੂੰਨ ਰੱਦ ਕਰਨ ਸੰਬੰਧੀ ਕੋਈ ਗੱਲ ਨਹੀਂ ਹੋਣੀ ਹੈਗੀ ਪਈ ਇਸ ਕਰਕੇ ਪਹਿਲੇ ਹੀ ਜਿਨਾਂ ਕਹਿੰਦੇ ਆ ਨਾ ਵੀ ਪ੍ਰੀ ਕਨਸਿਪਟਡ ਨੋਸ਼ਨਸ ਹੁੰਦੀਆਂ ਸਰਕਾਰ ਤਾਂ ਇਹਦਾ ਮਤਲਬ ਪਹਿਲੇ ਹੀ ਕਹਿ ਰਹੀ ਆ ਵੀ ਪਾਈ ਅਸੀਂ ਵਾਪਸ ਨਹੀਂ ਲੈਣੇ ਜਦ ਕਿ ਕਿਸਾਨ ਕਹਿੰਦੇ ਗੱਲੇ ਉਤੋਂ ਸ਼ੁਰੂ ਕਰਨੀਆਂ ਕਾਨੂੰਨ ਵਾਪਸ ਲੈਣ ਤੇ ਅੱਜ ਤੱਕ ਆਪਾਂ ਕਹਿ ਸਕਦੇ ਆ ਨਾ ਵੀ ਸਾਰੀ ਗੱਲ ਅੜੀ ਹੋਈ ਆ ਤੇ ਕੱਲ ਫੇਰ ਤੋਂਮਰ ਸਾਹਿਬ ਦਾ ਬਿਆਨ ਹੋਣਾ ਦਾ ਵੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਹੋਰ ਜਿਹੜੀ ਮਰਜ਼ੀ ਗੱਲ ਕਰੋ ਨਹੀਂ ਤਾਂ ਫੇਰ ਤੋਂਮਰ ਸਾਹਿਬ ਕੀ ਗੱਲ ਉਦਾਸ ਹੋ ਜਾਂਦੇ ਕਿਸਾਨਾਂ ਤੋਂ ਬਿਨਾ ਜਾਦੂ ਨਹੀਂ ਗੱਲੇ ਨਹੀਂ ਇਸ ਵਿਸ਼ੇ ਤੇ ਕਰਨੀ ਤੇ ਬਾਰ-ਬਾਰ ਮੀਟਿੰਗ ਸੱਦਣ ਦਾ ਕੀ ਫਾਇਦਾ ਉਦਾਸ ਹੋ ਜਾਂਦੇ ਤੇ ਵੀ ਸ਼ਕਲ ਦੇਖਣੀ ਹੁੰਦੀ ਉਹਨਾਂ ਕਿਸਾਨਾਂ ਦੇ ਕੋ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਉਹ ਜਿਹੜੀ 4 ਮੈਂਬਰੀ ਕਮੇਟੀ ਬਣਾਈ ਸੀ ਨਾ ਜਿਸ ਤੋਂ ਹੁਣ ਭਵਿੰਦਰ ਸਿੰਘ ਮਾਨ ਹੁਣੇ ਸੁਖ ਨਾਲ ਛੱਡ ਚੁੱਕੇ ਆ ਉਹਨਾਂ ਗੱਲਾਂ 'ਚ ਆਪਾਂ ਨਾ ਜਾਈਏ ਵੀ ਇਹ ਪਹਿਲੇ ਹਮੈਤੀ ਨੇ ਤਾਂ ਲੋਕੇ ਵੀ ਕਹਿੰਦੇ ਸੀ ਵੀ ਛੱਡੋ ਪਰਾਂ ਕਮੇਟੀਆਂ ਤੋਂ ਕੀ ਲੈਣਾ ਨਰਿੰਦਰ ਤੋਮਰ ਹੋ ਰਹੀ ਉੱਥੇ ਕੀ ਕਰਦੇ ਫਿਰਦੇ ਆ ਜਾਂ ਸੋਮ ਪ੍ਰਕਾਸ਼ ਹੋ ਰਹੀ ਪਿਉ ਬਾਨੀ ਅਡਾਨੀ ਨੂੰ ਸੱਦ ਕੇ ਬਹਾਲੋ ਨਾਲੇ ਅਮਨੇ ਸਾਹਮਣੇ ਗੱਲ ਹੋ ਜੂਗੀ ਇਹ ਲੰਗਾ ਚਿੱਟਾ ਸੱਚ ਹੋ ਗਿਆ ਵੀ ਇਹ ਸਰਕਾਰ ਜਿਹੜੀ ਆ ਇਹ ਸਰਕਾਰ ਨਹੀਂਗੀ ਇਹਨਾਂ ਦੇ ਪਿੱਛੇ ਅਸਲ ਸਰਕਾਰ ਕੋਈ ਹੋਰ ਹੈ ਜਿਹੜਾ ਸਾਰਾ ਤਰਦਦ ਆ ਇਸ ਵੇਲੇ ਜਿਹੜਾ ਸਰਕਾਰ ਦਾ ਜਾਂ ਸਰਕਾਰ ਜਿਹੜੀ ਆਕੜੀ ਬੈਠੀ ਆ ਸਰਕਾਰ ਤਾਂ ਕਹਿੰਦੀ ਨਾ ਕਿ ਕਿਸਾਨ ਜਦ ਕਰ ਰਿਹਾ ਜਦ ਤਾਂ ਸਰਕਾਰ ਕਰ ਰਹੀ ਹੈ ਬਿਲਕੁਲ ਔਰ ਇਹ ਸਾਰੇ ਤਰਦਦ ਦੇ ਪਿੱਛੇ ਅਮਬਾਨੀ ਅਡਾਨੀ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਠੀਕ ਅੱਛਾ ਹੁਣ ਆਪਾਂ ਵਾਸ਼ਿੰਗਟਨ ਡੀਸੀ ਦੀ ਥੋੜੀ ਜੀ ਗੱਲ ਕਰ ਲਈਏ ਬਾਈਡਨ ਸਾਹਿਬ ਆ ਰਹੇ ਆ ਜੀ ਤੇ ਟਰੰਪ ਸਾਹਿਬ ਤੇ ਹੁਣ ਮਤਲਬ ਜਾ ਹੀ ਰਹੇ ਆ ਔਰ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਵਾਲੀ ਸਿਚੁਏਸ਼ਨ ਹੈ ਉਹਨਾਂ ਦੀ ਤੇ ਉੱਥੇ ਕਹਿੰਦੇ ਜਿਹੜੇ ਹੁਣ ਸੁਰੱਖਿਆ ਪ੍ਰਬੰਧ ਆ ਕਿਉਂਕਿ 6 ਜਨਵਰੀ ਨੂੰ ਜੋ ਹੋਇਆ ਆ ਆਪਾਂ ਸਾਰਿਆਂ ਨੇ ਦੇਖਿਆ ਜੀ ਸੁਰੱਖਿਆ ਪ੍ਰਬੰਧ ਕਹਿੰਦੇ ਇੰਨੇ ਆ ਭੀ ਅਫਗਾਨਿਸਤਾਨ ਤੇ ਇਰਾਕ ਦੀ ਜਿੰਨੀ ਬੰਦੇ ਭੇਜੇ ਹੀ ਉਹਦੇ ਨਾਲੋਂ ਵੱਧ ਇਸ ਵੇਲੇ ਵਾਸ਼ਿੰਗਟਨ ਡੀਸੀ ਚ ਬੈਠੇ ਆ ਬਿਲਕੁਲ ਇੱਥੇ ਕੋਈ ਦੋ ਕਿਉਂਕਿ ਇੱਕ ਹادثਾ ਜਾਰ ਕੀਤਾ ਜਾ ਰਿਹਾ ਪਈ ਪੰਜਾਹਾਂ ਸੂਬਿਆਂ ਦੇ ਵਿੱਚ ਸਾਰੇ ਸੂਬਿਆਂ ਜਿਹੜੇ ਮਤਲਬ ਅਮਰੀਕਾ ਦੇ ਆ ਪਈ ਉੱਥੇ ਹਿੰਸਾ ਦਾ ਖਤਰਾ ਹੈਗਾ ਜੀ ਹਥਿਆਰਬੰਦ ਲੋਕ ਤਰੇ ਫਿਰਦੇ ਆ ਔਰ ਇਹਦੇ ਡੋਨਲਡ ਟਰੰਪ ਹੋਰਾਂ ਦੇ ਆਊਟ ਗoing ਪ੍ਰੈਜ਼ੀਡੈਂਟ ਦੇ ਪੜਕਾਏ ਹੋਏ ਲੋਕ ਕੁਝ ਵੀ ਕਰ ਸਕਦੇ ਆ ਜੀ ਇਸ ਕਰਕੇ ਤੁਸੀਂ ਦੇਖਿਆ ਹੋਣਾ ਪਈ ਪੂਰੀਆਂ ਤਿਆਰੀਆਂ ਚੱਲ ਰਹੀਆਂ ਬਹੁਤਾ ਜਨਤਕ ਇਕੱਠ ਨਹੀਂ ਕਰ ਰਹੇ ਚਰਿੰਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਲਾਨ ਦੇ ਵਿੱਚ ਕੁਰਸੀਆਂ ਕੁਰਸੀਆਂ ਕੱਲ ਦੀਆਂ ਤਸਵੀਰਾਂ ਆ ਰਹੀਆਂ ਮਤਲਬ ਮੀਡੀਆ ਦੇ ਉੱਤੇ ਤਾਂ ਦੂਸਰਾ ਇਹ ਆ ਪਈ ਹੋੜ ਦੇਖਣ ਚ ਆਇਆ ਪਈ ਬਹੁਤ ਸਾਰੇ ਸਾਬਕਾ ਫੌਜੀ ਅਧਿਕਾਰੀ ਪੁਲਿਸ ਦੇ ਅਧਿਕਾਰੀ 100 ਤੋਂ ਵੱਧ ਬੰਦੇ ਨੂੰ ਤਾਂ ਜਾਂਚ ਸ਼ਾਮਿਲ ਕੀਤਾ ਗਿਆ ਨਾ ਹਮਲੇ ਲਈ ਜਿਹੜਾ ਕੈਪੀਟਲ ਹਿਲ ਤੇ ਹਮਲਾ ਆ ਪਈ ਉਹ ਉਹਨਾਂ ਦੰਗੀਆਂ ਵਿੱਚ ਸ਼ਾਮਿਲ ਸਿਗੇ ਜੀ ਸੋ ਉਹ ਦੇਖਣ ਵਾਲੀ ਗੱਲ ਇਹ ਆ ਪਈ ਲੋਕ ਕਿਦਾਂ ਵੰਡੇ ਜਾਂਦੇ ਹੈਗੇ ਆ ਚਾਹੇ ਉਹ ਮਤਲਬ ਧਰਮ ਦੇ ਨਾਂ ਤੇ ਹੋਣ ਚਾਹੇ ਉਹ ਨੈਸ਼ਨੈਲਿਟੀ ਦੇ ਨਾਂ ਤੇ ਹੋਣ ਜਿੱਦਾਂ ਪਹਿਲੇ ਦਿਨ ਤੋਂ ਡੋਨਲਡ 트੍ਰੰਪ ਇਸ ਗੱਲ ਦਾ ਰੌਲਾ ਪਾ ਰਹੇ ਆ ਭਈ ਅਮਰੀਕਾ ਫਰਸਟ ਅਮਰੀਕਨ ਫਰਸਟ ਹੈ ਜੀ ਜੀ ਅਮਰੀਕਾ ਕੱਲਾ ਡੋਨਲਡ 트੍ਰੰਪ ਦਾ ਨਹੀਂਗਾ ਕੱਲਾ ਗੋਰਿਆਂ ਦਾ ਨਹੀਂ ਉਹ ਵੀ ਉਸ ਮੁਲਕ ਤੇ ਕਾਬਜ਼ ਉਹਕੇ ਬੇਕੇਲੇ ਅਮਰੀਕਨ ਇੰਡੀਅਨ ਜਿਹੜੇ ਹੈਗੇ ਆ ਉਹਨੇ ਅਸਲ ਮਾਲਕ ਅਸਲ ਮਾਲਕ ਰੈਡ ਇੰਡੀਅਨ ਆ ਹਾਂ ਬਾਕੀ ਸਾਰੇ ਇਮੀਗ੍ਰੈਂਟਸ ਆ ਹਾਂ ਜਿਨ੍ਹਾਂ ਨੂੰ ਨਿੱਕੀਆਂ ਮੋਟੇ ਲਾਲਚ ਦੇ ਕੇ ਤਾਂ ਨਸ਼ਿਆਂ 'ਚ ਗਰਸੇ ਹੋਏ ਮਤਲਬ ਉਹਨਾਂ ਨੂੰ ਉਹ ਗਰਸੇ ਹੋਇਆ ਤਾਂ ਸਰਕਾਰ ਦੀ ਵਜ੍ਹਾ ਕਰਕੇ ਫਿਰ ਉਹਨਾਂ ਨੂੰ ਮਧੂਸ਼ ਕਰਕੇ ਰੱਖੋ ਉਹਨਾਂ ਨੂੰ ਕਿੰਨੇ ਜ਼ੁਲਮ ਰੈਡ ਇੰਡੀਅਨਸ ਤੇ ਹੋਏ ਨੇ ਕਿੱਦਾਂ ਉਹਨਾਂ ਨੂੰ ਖੁੰਝੇ ਲਾ ਕੇ ਜਿਹੜਾ ਅਮਰੀਕਾ ਤੇ ਕਬਜ਼ਾ ਕੀਤਾ ਗਿਆ ਤਾਂ ਇਸ ਕਰਕੇ ਲੋਕ ਜਿਹੜੇ ਆ ਦੇਖਣ ਵਾਲੀ ਗੱਲ ਇਹ ਹੀ ਆ ਤੇ ਕਿਦਾਂ ਵੰਡੇ ਜਾਂਦੇ ਆ ਨੈਸ਼ਨੈਲਿਟੀ ਦੇ ਨਾਂ ਤੇ ਜੀ ਨਸਲ ਦੇ ਨਾਂ ਤੇ ਧਰਮ ਦੇ ਨਾਂ ਤੇ ਸੋ ਬਾਈਡਨ ਸਾਹਿਬ ਜਿਹੜੇ ਆ ਉਹ ਬੜੇ ਹੰਡੇ ਹੋਏ ਆਗੂ ਨੇ ਉਹ ਇੰਨੀ ਪ੍ਰੋਵੋਕੇਸ਼ਨ ਦੇ ਬਾਵਜੂਦ ਸੀ ਉਹਨਾਂ ਨੂੰ ਕਦੀ ਪੜਕਾਹਟ ਵਿੱਚ ਬਿਆਨ ਨਹੀਂ ਲਿਖਿਆ ਹੋਣਾ ਤੇ ਇਹਨਾਂ ਬਾਰੇ ਤਾਂ ਆਮ ਹੀ ਮਸ਼ਹੂਰ ਹੋ ਗਿਆ ਤੇ ਔਸਤਨ ਦਿਨ ਦੇ 12 ਝੂਠ ਬੋਲਦੇ ਸੀ ਜੀ 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 ਡੋਨਲਡ ਟਰੰਪ ਫੋਰ ਇਨ ਸੋ ਨਟ ਅ ਸੀ ਇੱਕ ਦਿਨ ਬਾਅਦ ਜੇ ਸੱਤਾ ਤਬਦੀਲੀ ਹੋ ਰਹੀ ਆ ਤੇ ਰੱਬ ਕਰੇ ਤੇ ਅਭੀ ਗਾ ਸਭ ਕੁਝ ਚੰਗਾ ਚੰਗਾ ਹੋਵੇ ਤੇ ਸ਼ਾਂਤੀਪੂਰਵਕ ਜਿਹੜਾ ਸੱਤਾ ਤਬਦੀਲੀ ਹੋਵੇ ਜੀ ਅੱਛਾ ਇੱਕ ਚੀਜ਼ ਹੋਰ ਬਾਈਡਨ ਐਡਮਿਨਿਸਟ੍ਰੇਸ਼ਨ ਜੀ ਉਹਦੇ ਲਈ ਜਿਹੜੇ ਲੋਕਾਂ ਦੀ ਚੋਣ ਕੀਤੀ ਗਈ ਆ ਉਹਦੇ ਵਿੱਚ 20 ਜਿਹੜੇ ਆ ਉਹ ਹੈਪਮੇ ਉੱਥੇ ਦੇ ਸਿਟੀਜ਼ਨ ਬਟ ਦੇ ਆਰ ਫਰਮ ਇੰਡੀਆ ਇੰਡੀਅਨ ਓਰੀਜਨ ਤੇ ਜਿਹੜੇ ਅਮਰੀਕਨਸ ਹੈਗੇ ਆ ਹਾਂਜੀ 20 ਦੇ ਕਰੀਬ ਉਹ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਸ਼ਨ ਰੱਖੀ ਇਹਨੂੰ ਕਿੱਦਾਂ ਦੇਖਦੇ ਹਾਂ ਪਈ ਇੰਡੀਆ ਲਈ ਕੋਈ ਚੰਗਾ ਸਾਈਨ ਹੈ ਜਾਂ ਮੋਦੀ ਗਵਰਨਮੈਂਟ ਲਈ ਮਾਰਾ ਸਾਈਨ ਹੈ ਕਿਵੇਂ ਦੇਖਦੇ ਹਾਂ ਦੇਖੋ ਲੇਟੈਸਟ ਜਿਹੜਾ ਇੰਡਕਸ਼ਨ ਆ ਉਹ ਇੱਕ ਕਸ਼ਮੀਰੀ ਔਰਤ ਆ ਹਾਂਜੀ ਜੀ 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 ਉਹ ਇਕਨੋਮਿਸਟ ਹੈ ਬਿਲਕੁਲ ਔਰ ਜਿਹੜੀ ਵੀ ਤੁਸੀਂ ਕਹਿੰਦੇ ਆ ਨਾ ਕਿ ਬਾਈਡਨ ਸਾਹਿਬ ਨੇ ਆਪਣੀ ਟਾਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੀਮ ਦੇ ਵਿੱਚ ਲਾਇਆ ਜੀ ਇਹਦਾ ਮੈਨੂੰ ਮੋਤੀ ਸਾਹਿਬ ਨਾਲ ਕੋਈ ਬਹੁਤਾ ਕਨੈਕਸ਼ਨ ਨਹੀਂ ਲੱਗਦਾ ਉਹ ਲੋਕ ਆਪਣੀ ਵਿਦਵਤਾ ਦੇ ਸਿਰ ਤੇ ਜੀ ਉਹਨਾਂ ਦੇ ਫਰਟਾਈਲ ਜਿਹੜੇ ਬ੍ਰੇਨਸ ਨੇ ਉਹਨਾਂ ਦੀ ਕੀਮਤ ਪਈ ਆ ਬਿਲਕੁਲ ਸੋ ਇਹ ਸਾਡੇ ਲਈ ਮਾਣ ਵਾਲੀ ਵੀ ਗੱਲ ਆ ਭਈ ਮਾਣ ਵਾਲੀ ਗੱਲ ਵੀ ਹੈ ਭਈ ਉਹ ਭਾਰਤੀ ਮੂਲ ਦੇ ਨੇ ਭਾਵੇਂ ਉਹ ਹੁਣ ਅਮਰੀਕਨ ਸਿਟੀਜ਼ਨਸ ਨੇ ਤ ਤੁਸੀਂ ਦੇਖੋ ਵੀ ਇਤੋਂ ਵੱਡੀ ਗੱਲ ਕੀ ਹੋ ਸਕਦੀ ਆ ਵੀ ਅਮਰੀਕੀ ਇਤਿਹਾਸ ਦੇ ਵਿੱਚ ਇੱਕ ਪਹਿਲੀ ਔਰਤ ਕਮਲਾ ਹੈਰਿਸੋਨੀ ਵਾਈਸ ਪ੍ਰੈਜ਼ੀਡੈਂਟ ਨੇ ਸ਼ੀ ਇਜ਼ ਅ ਕਲਰਡ ਔਮਨ ਹੈ ਨਾ ਤਾਂ ਉਹ ਉਸ ਅਹੁਦੇ ਤੱਕ ਪਹੁੰਚਦੀ ਆ ਵਾਈਸ ਪ੍ਰੈਜ਼ੀਡੈਂਟ ਬਣਦੇ ਨੇ ਸੋ ਇਹ ਸਾਰਾ ਜਿਹੜਾ ਹੁਣ ਚੋਣ ਆ ਬਾਈਡਨ ਸਾਹਿਬ ਦੀ ਇੱਕ ਤਾਂ ਉਹਨਾਂ ਦੇ ਆਫਰੀਨ ਦੂਸਰਾ ਇਹਨਾਂ ਲੋਕਾਂ ਦੀ ਵਿਦਵਤਾ ਨੂੰ ਸਲਾਮ ਜਿਹੜੇ ਇੰਨੇ ਉੱਚੇ ਅਹੁਦਿਆਂ ਤੇ ਤਾਂ ਟਾਪ ਐਡਮਿਨਿਸਟ੍ਰੇਟਿਵ ਟੀਮ ਦੇ ਵਿੱਚ ਸ਼ਾਮਲ ਹੋਏ ਅੱਛਾ ਮੋਤੀ ਸਾਹਿਬ ਜੀ ਮੈਂ ਤਾਂ ਗੱਲ ਕੀਤੀ ਸੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨਾਲ ਬਹੁਤ ਯਾਰੀ ਆ ਇਹਨਾਂ ਦੀ ਕਹਿੰਦੇ ਤੇ ਉਹ ਉਹਨਾਂ ਨਾਲ ਜ਼ਾਰੀ ਸੀ ਨਾ ਬਾਈਡਨ ਸਾਹਿਬ ਨਾਲ ਉਸ ਜ਼ਾਰੀ ਦਾ ਉਹ ਪਦਰ ਨਹੀਂਗਾ ਨਾ ਜੀ ਜੀ ਨਹੀਂ ਤਾਂ ਉਹ ਮਨਮੋਹਨ ਸਿੰਘ ਹੋਰਾਂ ਨੂੰ ਨਾ ਸੱਦਣ ਉਹ ਹਾਂ ਬਿਲਕੁਲ ਬਿਲਕੁਲ ਸਮਾ ਹੋ ਰਿਹਾ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਦੁਨੀਆ ਨੂੰ ਜਾਣੋ पंजाब मेल यूएसए चैनल दिना संसार भर दिया खबरें जानन ले खबर दी टुंगाई तक पहुंचन ले रोज देखो पंजाब मेल अखबारनामा सिर्फ पंजाब मेल यूएसए चैनल ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਬਾਦਿਆਂ ਅਗਲੀ ਗੱਲ ਆ ਸੱਤੀ ਸਾਹਿਬ ਹੁਣ ਜਿਹੜੀ ਆਪਾਂ ਗੱਲ ਕਰਨੀ ਉਹ ਹੈਗੀ ਆ ਆਈ ਐਮ ਐਫ ਜੀ ਹੈ ਨਾ ਉਹ ਕਹਿੰਦੇ ਹਾਲੇ ਵੀ ਬੈਕਅਪ ਕਰ ਰਹੇ ਆ ਜਿਹੜੇ ਕਿਸਾਨ ਜਿਹੜੇ ਕਾਨੂੰਨ ਬਣ ਗਏ ਆ ਤੇਜਪਾਲ ਜੀ ਮੈਂ ਸਪਸ਼ਟ ਕਰਨਾ ਚਾਹੁੰਨਾ ਪਈ ਜੋ ਐਸਵਲੇ ਅੰਦੋਲਨ ਹੋ ਰਿਹਾ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਇਸ ਸਭ ਕੁਝ ਪਿੱਛੇ ਇਹਨਾਂ ਕਾਨੂੰਨਾਂ ਨੂੰ ਬਣਾਉਣ ਪਿੱਛੇ ਇਕੱਲਾ ਮੋਦੀ ਸਰਕਾਰ ਨਹੀਂ ਬਿਲਕੁਲ ਮੋਦੀ ਸਰਕਾਰ ਪਿੱਛੇ ਇਕੱਲੇ ਅਮਬਾਨੀ ਅਡਾਨੀ ਤੇ ਹੋਰ ਜਿਹੜੇ ਮਤਲਬ سرمایہਦਾਰ ਤਬਕਾ ਨਹੀਂ ਉਹਨਾਂ ਸਾਰਿਆਂ ਦੇ ਪਿੱਛੇ ਆਈਐਮਐਫ ਵੀ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਵਰਗ ਜੀ ਵਿਸ਼ਵ ਮੁਦਰਾ ਕੋਸ਼ ਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ 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 ਦਰਅਸਲ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਮੋٹے ਤੌਰ ਤੇ ਗੱਲ ਇਹ ਆ ਤੇ ਉਹਨਾਂ ਨੂੰ ਆਈਐਮਐਫ ਤੇ ਹੋਰ ਅੰਤਰਰਾਸ਼ਟਰੀ ਜਥੇਬੰਦੀਆਂ ਜਿਹੜੀਆਂ ਆ ਮਾਨਿਟਰੀ ਜਥੇਬੰਦੀਆਂ ਉਹ ਫੰਡ ਦਿੰਦੀਆਂ ਹੈਗੀਆਂ ਫੰਡ ਮੁਫਤ ਚ ਨਹੀਂ ਦਿੰਦੀਆਂ ਉਹਦਾ ਵਿਆਜ ਲਿਆ ਜਾਂਦਾ ਜਿਵੇਂ ਹੁਣ ਚੀਨ ਦੂਸਰੇ ਮੁਲਕਾਂ ਨੂੰ ਦੇ ਰਿਹਾ ਉਹ ਆਈਐਮਐਫ ਤਾਂ ਭਾਵੇਂ ਨਹੀਂ ਜਿਹੜੇ ਅਮੀਰ ਮੁਲਕ ਉਹ ਵੀ ਦੂਸਰੇ ਮੁਲਕਾਂ ਨੂੰ ਕਰਜ਼ਾ ਦਿੰਦੇ ਆ ਪਰ ਉਸ ਕਰਜ਼ੇ ਦਾ ਵਿਆਜ ਲਿਆ ਜਾਂਦਾ ਹੈਗਾ ਸੋ ਆਈਐਮਐਫ ਵੀ ਇਸੇ ਤਰ੍ਹਾਂ ਜਿੱਦਾਂ ਡਿਵੈਲਪਿੰਗ ਕੰਟਰੀਜ਼ ਨੂੰ ਜਿਨ੍ਹਾਂ ਸ ਆਪਾਂ ਵੀ ਸ਼ਾਮਲ ਆ ਬਿਲਕੁਲ ਉਹਦੇ ਲਈ ਫਿਰ ਉਹ ਆਪਣੀਆਂ ਸ਼ਰਤਾਂ ਰੱਖਦੀ ਆ ਸ਼ਰਤਾਂ ਕੀ ਰੱਖਦੀ ਆ ਵੀ ਸਬਸਿਡੀਆਂ ਲੋਕਾਂ ਦੀਆਂ ਬੰਦ ਕਰੋ ਜੀ ਭਾਰਤ ਐਗਰੀਡੀਅੰਟ ਸਟੇਟ ਹੈਗਾ ਠੀਕ ਹੈ ਖੇਤੀਬਾੜੀ ਪ੍ਰਧਾਨ ਦੇਸ਼ ਆ ਇਹਦੇ ਵਿੱਚ ਜਿਹੜੀਆਂ ਕਿਸਾਨਾਂ ਨੂੰ ਕੋ ਮਾੜੀਆਂ ਮੋਟੀਆਂ ਬਿਜਲੀ ਦੀਆਂ ਸਹੂਲਤਾਂ ਮਿਲਦੀਆਂ ਨਾ ਵੀ ਮੁਫਤ ਬਿਜਲੀ ਪਾਣੀ ਦੀਆਂ ਜਾਂ ਜਿਹੜੇ ਖੇਤੀਬਾੜੀ ਦੇ ਸੰਦ ਸੁਦੌੜਿਆ ਉਹਨਾਂ ਦੇ ਉੱਤੇ ਜਿਹੜੀ ਕੋਈ ਸਬਸਿਡੀ ਮਿਲਦੀ ਆ ਜਾਂ ਕਿਤੇ ਬੀਜਾਂ ਤੇ ਮਿਲਦੀ ਆ IMF ਕਹਿੰਦੀ ਆ ਉਹ ਖਤਮ ਕਰੋ ਬਿਲਕੁਲ ਇਹਨਾਂ ਨੇ ਇਹ ਯਤਨ ਜਿਹੜੇ ਆ ਸ਼ੁਰੂ ਸਰਦਾਰ ਮਰਮੋਣ ਸਿੰਘ ਹੋਰਾਂ ਦੀ ਵਜ਼ਾਰਤ ਵੇਲੇ ਕਰ ਦਿੱਤੇ ਸੀ ਉਸ ਵੇਲੇ ਤੋਂ ਚੱਲ ਰਿਹਾ ਪਰ ਉਹਨਾਂ ਨੇ ਗੋਡੇ ਨਹੀਂ ਟੇਕੇ ਮੋਦੀ ਸਰਕਾਰ ਨੇ ਗੋਡੇ ਟੇਕੇ ਸਾਰੀ ਦੁਨੀਆ ਨੂੰ ਦੱਸਦੇ ਨੇ ਵੈਸੇ ਮੋਦੀ ਸਰਕਾਰ ਬਾਰੇ ਤਾਂ ਤੁਸੀਂ ਗੋਡੇ ਟੇਕਣ ਦੀ ਗੱਲ ਕਰਦੇ ਹੋ ਲੋਕੀ ਕਹਿੰਦੇ ਗੋਡੇ ਟੇਕ ਕੇ ਹੀ ਆਏ ਹੋ ਠੀਕ ਹੈ ਨਾ ਤੇ ਜਿਹੜੇ ਕੋਈ ਰਹਿੰਦੇ ਖੁੰਦੇ ਸੀ ਉਹ ਅਮਾਨੀਆਂ ਅਡਾਨੀਆਂ ਨੇ ਇਹਨਾਂ ਦੇ ਟਿਕਾਲੇ ਗੋਡੇ ਠੀਕ ਹੈ ਸੋ ਇਸ ਕਰਕੇ ਆਈਐਮਐਫ ਜਿਹੜੀ ਆ ਉਹ ਸਾਰਾ ਜਿਹੜੀ ਪਿੱਛੇ ਜਿਹੜਾ ਪਰਦੇ ਦੇ ਪਿੱਛੇ ਰਹਿ ਕੇ ਦਬਾਅ ਆ ਜਾਂ ਚਾਲ ਉਹ ਸਾਰੀ ਆਈਐਮਐਫ ਠੀਕ ਹੈ ਅੱਛਾ ਆਪਾਂ ਉਹਦੋਂ ਹੇਮਾ ਮਾਲਣੀ ਉਹਨਾਂ ਦੀ ਗੱਲ ਕੀਤੀ ਸੀ ਜੀ ਕਹਿੰਦੇ ਉਹਨੇ ਵੀ ਕਿਸਾਨ ਕਾਨੂੰਨ ਜਿਹੜੇ ਆ ਬੜੀ ਡੀਪਲੀ ਪੜ੍ਹੇ ਆ ਔਰ ਉਹਨਾਂ ਨੂੰ ਸਾਰੀ ਸਮਝ ਆ ਗਈ ਸੀ ਕਹਿੰਦੇ ਕਿਉਂਕਿ ਬਾਕੀ ਟੱਬਰ ਨੂੰ ਵੀ ਉਹਨਾਂ ਦੇ ਨੂੰ ਸਮਝ ਆ ਗਈ ਸੀ ਹੇਮਾ ਮਾਲਣੀ ਵੀ ਕਹਿੰਦੀ ਕਿ ਮੈਂ ਕਿਉਂ ਪਿੱਛੇ ਰਵਾਂ ਮੈਂ ਵੀ ਪੜ੍ਹ ਲਵਾਂ ਤੇ ਹੁਣ ਕਹਿੰਦੇ ਕਿਸੇ ਸੰਸਥਾ ਨੇ ਕਹਿੰਦੇ ਪਈ ਉਹਨੂੰ ਜਾਜ ਦੀ ਟਿਕਟ ਦਿੰਨੇ ਆਗੇ ਸਾਨੂੰ ਵੀ ਸਮਝਾ ਜਾ ਅਫ ਦੇਸ਼ਪਾਲ ਜੀ ਪਹਿਲਾਂ ਉਹ ਤੋਂ ਇੱਕ ਹੋਰ ਗੱਲ ਕਰਦੇ ਆ ਅੱਛਾ ਕਿ ਜਦੋਂ ਇਹਨਾਂ ਦਾ ਹੀ ਮੈਂ ਸਾਡੇ ਜਿਹੜੇ ਸੁਖਨਾਥ ਧਰਮਿੰਦਰ ਹੋਰੀ ਉਹਨਾਂ ਨਾਲ ਵਿਆਹ ਹੁੰਦਾ ਨਾ ਆ ਤੇ ਮੰਦਰ ਵਿੱਚ ਗਿਆ ਤਾਂ ਪੰਡਤ ਜੀ ਅੜ ਗਏ ਅੱਛਾ ਉਹ ਕਹਿੰਦੇ ਭਈ ਜਿਹੜਾ ਤਰਮਿੰਦਰ ਹੈ ਇਹ ਜੱਟ ਹੈ ਤੇ ਛੂਦਰ ਵਰਨ ਵਿੱਚ ਆਉਂਦਾ ਅੱਛਾ ਤੇ ਕਿਉਂਕਿ ਹਿਮਾਮਾਨ ਲਈ ਬ੍ਰਾਹਮਣ ਜਾਤ ਨਾਲ ਸੰਬੰਧ ਰੱਖਦੀ ਆ ਤੇ ਇਹ ਵਿਆਹ ਨਹੀਂ ਹੋ ਸਕਦਾ ਅੱਛਾ ਉਹਦਾ ਤੋੜ ਕੀ ਆ ਭਈ ਇੱਕ ਬ੍ਰਾਹਮਣ ਦੀ ਗੋਦੀ 'ਚ ਪਹਿਲਾਂ ਬੈਠੇ ਹਾਂ ਮੈਂ ਉਹ ਫੋਟੋ ਦੇਖੀ ਆ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਮੈਂ ਫੋਟੋ ਦੇਖੀ ਆ ਉਹ ਤਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਤਾਂ ਪਤਾ ਲੱਗੇ ਨਾ ਭਈ ਇਹ ਲੋਕ ਕੀ ਨੇ ਅੰਦਰੋਂ ਕੀ ਨੇ ਤਾ ਉਹ ਕੀ ਹੁੰਦਾ ਵੀ ਉਹ ਫੋਟੋ ਬਾਵਾ ਦੁਨੀਆ ਚ ਵਾਇਰਲ ਐਸੇ ਹੋਈ ਆ ਔਰ ਉਹ ਸੱਚੀ ਫੋਟੋ ਆ ਜੀ 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 ਬਿਲਕੁਲ ਔਰ ਉਹਦੇ ਨਾਲ ਉਹਨੂੰ ਕੀ ਕਹਿੰਦੇ ਆ ਵੀ ਗੋਦੀ ਚ ਬਹਾਲਣ ਦਾ ਮਤਲਬ ਵੀ ਦਾਗੀ ਹੋ ਜਵੇ ਜੀ ਜੀ ਸੋ ਇਸ ਤਰ੍ਹਾਂ ਦਾਗੀ ਕਰਕੇ ਸਾਡੇ ਹੀ ਮੈਨ ਨਾਲ ਵਿਆਹ ਹੁੰਦਾ ਤੇ ਖੇਤੀਬਾੜੀ ਬਾਰੇ ਜਿੱਦਾਂ ਜਿਹਨੂੰ ਆਪਾਂ ਪੰਜਾਬੀ ਕਹਿੰਦੇ ਹੁੰਦੇ ਨਾ ਪਰ ਇੱਲ ਦਾ ਨਾਮ ਕੋਕੋ ਨਹੀਂ ਆਉਂਦਾ ਹੀਮਾ ਮਾਨਲੀ ਨੂੰ ਕੀ ਪਤਾ ਵੀ ਖੇਤੀਬਾੜੀ ਕੀ ਹੁੰਦੀ ਆ ਠੀਕ ਹੈ ਸੋ ਹੁਣ ਉਹ ਕਹਿੰਦੀ ਆ ਵੀ ਇਹ ਬਹੁਤ ਚੰਗੇ ਆ ਤੇ ਕਿਸਾਨਾਂ ਨੂੰ ਮੰਨ ਲੈਣਾ ਚਾਹੀਦਾ ਅੰਦੋਲਨ ਵਾਪਸ ਲੈਣਾ ਚਾਹੀਦਾ ਇੱਥੇ ਪੰਜਾਬ ਦੇ ਵਿੱਚ ਜਿਹੜੀ ਬੈਲਟ ਆ ਨਾ ਪਹਾੜੀ ਬੈਲਟ ਆ ਜਿਹਨੂੰ ਆਪਾਂ ਕੰਢੀ ਕਹਿੰਦੇ ਆ ਕੰਢੀ ਸੰਘਰਸ਼ ਕਮੇਟੀ ਆ ਇੱਕ ਅੱਛਾ ਜਰਨੈਲ ਸਿੰਘ ਗੜਦੀ ਵਾਲਾ ਉਹਦੇ ਆਗੂ ਨੇ ਪ੍ਰਧਾਨ ਚੇਅਰਮੈਨ ਨੇ ਔਰ ਕਾਰੋਬਾਰੀ ਬੰਦੇ ਆ ਖੇਤੀਬਾੜੀ ਆ ਟਰਾਂਸਪੋਰਟ ਆ ਔਰ ਬੜੇ ਪੜੇ ਗੁੜੇ ਜਿਹੜੇ ਆ ਆਗੂ ਨੇ ਉਹਨਾਂ ਨੇ ਕਿਹਾ ਵੀ ਭਾਈ ਦੇਖੋ ਉਹਨਾਂ ਨੇ ਹਿਮਾ ਮਾਲਨੀ ਨੂੰ ਉਹਨਾਂ ਦੀ ਰਹਾਇਸ਼ ਦਾ ਜਿਹੜਾ ਪਤਾ ਆ ਨਾ ਦਿੱਲੀ ਵਾਲਾ ਉਥੇ ਚਿੱਠੀ ਭੇਜੀ ਐ ਰਜਿਸਟਰਡ ਪਈ ਬੀਬਾ ਜੀ ਤੁਸੀਂ ਪੰਜਾਬ ਚ ਆਓ ਅਸੀਂ ਤੁਹਾਨੂੰ 5 ਸਟਾਰ ਹੋਟਲ ਚ ਟਹਿਰਾਵਾਂਗੇ ਆਉਣ ਜਾਣ ਦੀ ਟਿਕਟ ਦੇਵਾਂਗੇ ਤੇ ਤੁਸੀਂ ਸਾਡੇ ਕਿਸਾਨਾਂ ਨੂੰ ਨਾ ਇੱਥੇ ਸਾਡੇ ਕੋਲ ਰਹਿ ਕੇ 4 ਦਿਨ ਸਮਝਾ ਕੇ ਜਾਓ ਕਿ ਜਿਹੜੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਫਾਇਦਾ ਕੀ ਆ ਜੀ 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 ਸੋ ਇਹ ਇੱਕ ਤਰ੍ਹਾਂ ਨਾਲ ਨਾ ਉਹਨਾਂ ਨੇ ਆਉਣਾ ਨਾ ਸਮਝਾਉਣਾ ਪਰ ਇੱਕ ਗੱਲ ਤਾਂ ਲੋਕਾਂ ਚ ਜਾਂਦੀ ਆ ਨਾ ਹਸੋ ਹਣੀ ਤਾਂ ਹੁੰਦੀ ਆ ਨਾ ਬੀਬੀ ਜੀ ਦੀ ਸੋ ਇਹ ਲੋਕ ਕਿਦਾਂ ਮੂਰਖ ਬਣਾ ਰਹੇ ਆ ਪਹਿਲਾ ਪੁੱਤ ਕਹਿੰਦਾ ਮੈਂ ਸਰਕਾਰ ਦੇ ਨਾਲ ਵੀ ਆ ਤੇ ਕਿਸਾਨਾਂ ਦੇ ਨਾਲ ਵੀ ਆ ਦੋ ਬਿੜੀਆਂ ਦਾ ਸਵਾਰ ਤਾਂ ਸਦਾ ਹੀ ਡੁੱਬਦਾ ਦੇਖਿਆ ਬਿਲਕੁਲ ਗੱਬੇ ਡਿਊ ਹੈ ਤੇ ਜਿਹੜਾ ਸੁਖ ਨਾਲ ਇਹਨਾਂ ਦਾ ਸਰਦਾਰ ਹੈ ਉਹ ਅੱਜ ਤੱਕ ਕੁਸਕੇ ਹੀ ਨਹੀਂ ਧਰਮਿੰਦਰ ਜੀ 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 ਸੋ ਇਹ ਟੱਬਰ ਦੇ ਕੀ ਕਹਣੇ ਬਿਲਕੁਲ ਸਹੀ ਜੇਪਾਲ ਸਿੰਘ ਜੀ ਜੀ ਅੱਛਾ ਇਹ ਕੱਲ੍ਹ ਹੋਰ ਜੀ 26 ਜਨਵਰੀ ਜਦੋਂ ਤੋਂ ਸ਼ੁਰੂ ਹੋਈ 1950 ਤੋਂ ਲੈ ਕੇ ਮਨਾਉਂਦੇ ਆ ਰਹੇ ਆ ਉਦੋਂ ਤੱਕ ਇਹ ਬਿਨਾ ਗੈਸਟ ਤੋਂ ਕਦੇ 26 ਜਨਵਰੀ ਨਹੀਂ ਸੀ ਮੰਨੀ ਜੀ ਐਤਕੀ ਪਹਿਲਾਂ ਬੋਰਸ ਜੌਨਸਨ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਗਿਆ ਉਹ ਜਵਾਬ ਦੇ ਗਏ ਹਾਂਜੀ ਫਿਰ ਹੋਰਾਂ ਨੂੰ ਵੀ ਨਹੀਂ ਟਰਾਈ ਤਾਂ ਕਈਆਂ ਨੂੰ ਮਾਰੀ ਹੈ ਪਰ ਕੋਈ ਬੰਦਾ ਆਉਣ ਨੂੰ ਤਿਆਰ ਨਹੀਂ ਇਹ ਕੀ ਚੱਕਰ ਪੈ ਗਿਆ ਇਦਾਂ ਆ ਭਈ ਪਹਿਲਾਂ ਤਾਂ ਬੋਰਸ ਜੌਨਸਨ ਹੁਣਾਂ ਕੋਲ ਤੱਕ ਸਿੱਧਾ ਹੀ ਬਹਾਨਾ ਸੀ ਭਈ ਭਾਈ ਕਰੋਨਾ ਦਾ ਨਵਾਂ ਸਟ੍ਰੇਨ ਆ ਗਿਆ ਆ ਕੋਈ ਮਤਲਬ ਕਰੋਨਾ ਦੀ ਕੋਈ ਨਵੀਂ ਕਿਸਮ ਆ ਗਈ ਆ ਦੇਸ਼ ਵਿੱਚ ਐਮਰਜੈਂਸੀ ਆ ਯੂਕੇ ਦੇ ਵਿੱਚ ਇਸ ਕਰਕੇ ਸਾਡੀ ਨਾ ਆ ਬਿਲਕੁਲ ਅਸਲ ਚ ਉਹਦੇ ਪਿੱਛੇ ਤੁਹਾਨੂੰ ਸਾਨੂੰ ਪਤਾ ਭਈ ਜਿਹੜੇ ਢੇਸੀ ਨੇ ਹਰਮਨਜੀਤ ਸਿੰਘ ਢੇਸੀ ਹੋਰੀ ਉਹਨਾਂ ਨੇ ਕਿੰਨਾ ਦਬਾਅ ਪਾਇਆ ਸੀ ਤੇ ਕਿੰਨੇ ਐਮਪੀਜ਼ ਨੇ ਇਹਨਾਂ ਨੂੰ ਚਿੱਠੀ ਪਾਈ ਸੀ ਪੇ ਆਹ ਮੁੱਦੇ ਚੁੱਕੜੇ ਆ ਜੇ ਭਾਈ ਉੱਥੇ ਜਾਂਦਾ ਵੀ ਜਾਂ ਤਾਂ ਬਿਲਕੁਲ ਸੋ ਅਸਲ ਚ ਉਹ ਕਮਾਂਤਰੀ ਤੇ ਦੇਸ਼ ਤੇ ਜਿਹੜਾ ਦਬਾਅ ਹੇਠ ਐਮਪੀਜ਼ ਦੇ ਉਹਨਾਂ ਚ ਲਾਰਡ ਵੀ ਸ਼ਾਮਲ ਸਿਗੇ ਉਸ ਦਬਾਹੇ ਹੇਠ ਉਹਨਾਂ ਨੇ ਤਾਂ ਨਾ ਕੀਤੀ ਆ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਤੇ ਹੁਣ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਚਿੜੀ ਦਾ ਪਹੁੰਚਾ ਚਿੜੀ ਦੇ ਪਹੁੰਚੇ ਜਿੱਡਾ ਮੁਲਕ ਆ ਸੂਰੀਨਾ ਆ ਆਪਣੇ ਹਿੰਦ ਮਹਾਸਾਗਰ ਦੇ ਕਿਤੇ ਜੀ ਪੈਂਦਾ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀ ਉਹ ਵੀ ਨਾ ਉਹ ਵੀ ਜਵਾਬ ਦੇਗਾ ਸੋ ਦੇਖੋ ਭਾਰਤ ਕਿੱਡਾ ਵੱਡਾ ਗਣਰਾਜ ਆ ਪੀ ਸਈਨਾਥ ਹੁਣੀ ਦਾ ਵੈਸੇ ਕੱਲ ਕਿਹਾ ਕਿ ਗਣਰਾਜ ਤੋਂ ਸਾਡਾ ਦੇਸ਼ ਜਿਹੜਾ ਆ ਉਤਾਨਾ ਸ਼ਾਹੀ ਵੱਲ ਵੱਧ ਰਿਹਾ ਬਿਲਕੁਲ ਤੇ ਪੀਪਲ ਆਲ ਰੀਕਲੇਮਿੰਗ ਰਿਪਬਲਿਕ ਜੀ ਜੀ ਵੀ ਆ ਜਿਹੜਾ ਅੰਦੋਲਨ ਆ ਨਾ ਇਹ ਗਣਰਾਜ ਨੂੰ ਗਣਰਾਜ ਤੇ ਮੁੜਦਾਵਾ ਕਰਨ ਲਈ ਮੁੜ ਕੇ ਦੇਸ਼ ਨੂੰ ਗਣਰਾਜ ਬਣਾਉਣ ਲਈ ਇਹ ਅੰਦੋਲਨ ਚੱਲ ਰਿਹਾ ਹੈ ਬਿਲਕੁਲ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਹੈ ਦੇਖੋ ਇਹਦੇ ਵਿੱਚ ਇੱਕ ਗੱਲ ਹੁੰਦੀ ਹੈ ਜੀ ਜਦੋਂ ਅਮੀਰ ਗਰੀਬ ਨੂੰ ਲੁੱਟਦਾ ਜੀ ਜਿਹੜੋ بزਨਸ ਹੋ ਜਾਂਦਾ ਹੈ ਤੇ ਜਦੋਂ ਗਰੀਬ ਮੁੜ ਕੇ ਰੀਕਲੇਮ ਕਰਦਾ ਆਪਣੀ ਆਪਣੇ ਜਿਹੜਾ ਰਾਈਟਸ ਆ ਉਦੋਂ ਉਹ ਅੱਤਵਾਦੀ ਬਣ ਜਾਂਦਾ ਉਹ ਅੱਤਵਾਦੀ ਬਣਦਾ ਉਹ ਬਗਾਵਤੀ ਉਹ ਉਹ ਬਾਗੀ ਹੋ ਜਾਂਦਾ ਫਿਰ ਉਹਨੂੰ ਬਾਗੀ ਕਰਦਾਨ ਦਿੰਦੇ ਹੈਗੇ ਆ ਸੋ ਇਹ ਦੇਖੋ ਸਟੇਟ ਜਿਹੜਾ ਆ ਨਾ ਜਦੋਂ ਸਟੇਟ ਫਾਸ਼ੀਵਾਦ ਵੱਲ ਨੂੰ ਵੱਧਦਾ ਤਾਂ ਲੋਕਾਂ ਨੇ ਉੱਠ ਕੇ ਖੜੇ ਹੋਣਾ ਹੀ ਹੁੰਦਾ ਹੈਗਾ ਬਿਲਕੁਲ ਤੇ ਜ਼ੁਲਮ ਸਹਣ ਦਾ ਵੀ ਇੱਕ ਮਤਲਬ ਇੱਕ ਸੀਮਾ ਹੁੰਦੀ ਹੈ ਸੀਮਾ ਹੁੰਦੀ ਹੈ ਬਿਲਕੁਲ ਤਾਂ ਜਦੋਂ ਜ਼ੁਲਮ ਹੱਦਾਂ ਬੰਨੇ ਟੱਪਦਾ ਆ ਤਾਂ ਦਸਮ ਪਾਤਸ਼ਾਹ ਤਾਂ ਕਹਿੰਦੇ ਆ ਕਿ ਜਦੋਂ ਜਬ ਆਪ ਕੀ ਆਦ ਨਿਦਾਨ ਬਨੇ ਬਿਲਕੁਲ ਹੀ ਰਣ ਮੇ ਤਬਜੂਜ ਮਰੋ ਠੀਕ ਹੈ ਨਾ ਇਹ ਸਲੋਗਨ ਉਹਨਾਂ ਨੇ ਦਿੱਤਾ ਸੀ ਜੀ ਸੋ ਇਹ ਅਸਲ 'ਚ ਤਾਂ ਕਬੀਰ ਹੋਰਾਂ ਦਾ ਦੁਹਾਇਆ ਪਰ ਇਹ ਆਮ ਹੀ ਮਤਲਬ ਦਸਮ ਪਾਤਸ਼ਾਹ ਨਾਲ ਜੋੜ ਕੇ ਦੇਖ ਲਿਆ ਜਾਂਦਾ ਹੈ ਬਿਲਕੁਲ ਭਈ ਜਦੋਂ ਆਪਣੇ ਕਦੀ ਇਸ ਤਰ੍ਹਾਂ ਦਾ ਜਿਹੜਾ ਨਾ ਲੋਕਾਂ ਤੇ ਜ਼ਬਰ ਜ਼ੁਲਮ ਹੋਵੇ ਹੋਵੇ ਤਾ ਫਿਰ ਇੱਕ ਸਟੇਜ ਆ ਜਾਂਦੀ ਆ ਵੀ ਜਦੋਂ ਲੋਕਾਂ ਨੇ ਉੱਠ ਕੇ ਖੜੇ ਹੋ ਜਾਣਾ ਹੁੰਦਾ ਅੱਛਾ ਮੈਂ ਇੱਥੇ ਥੋੜੀ ਜੀ ਗੱਲ ਫੇਰ ਉਹੀ ਐਨਆਈਏ ਦਾ ਨੋਟਿਸ ਆਪਾਂ ਪਹਿਲਾਂ ਗੱਲ ਕੀਤੀ ਆ ਜੀ ਜੇ ਲੰਗਰ ਵਰਤਾਉਣ ਵਾਲਿਆਂ ਨੂੰ ਐਨਆਈਏ ਨੋਟਿਸ ਭੇਜਦੀ ਆ ਵੀ ਤੁਸੀਂ ਦੇਸ਼ ਧਰੋਹੀ ਹੋ ਤੇ ਮੈਂ ਤਾਂ ਇਹ ਗੱਲ ਮੰਨਦਾ ਕਹਿਣਾ ਵੀ ਸਾਡੇ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਭਾਈ ਦੇਸ਼ ਧਰੋਹੀ ਬਣਾਇਆ ਸੀ ਤੇ ਲੰਗਰ ਨਹੀਂ ਬੰਦ ਕਰਦੇ ਤੇ ਉਹ ਜਿਹੜਾ ਲੰਗਰ ਹੈ ਉਹ ਸਦੀਆਂ ਤੱਕ ਚੱਲਦਾ ਰਹੇ ਚੱਲਦਾ ਰਹਿਣ ਠੀਕ ਹੈ ਨਾ ਤਾਂ ਸਾਡੇ ਤਾਂ ਜਦੋਂ ਚੌਥੇ ਪਾਤਸ਼ਾਹ ਨੂੰ ਮਿਲ ਆਉਂਦੇ ਨੇ ਤਾਂ ਉਹ ਕਹਿੰਦੇ ਆ ਬਈ ਮਤਲਬ ਪਹਿਲਾਂ ਲੰਗਰ ਛਕੋ ਪੰਗਤ ਵਿੱਚ ਬੈਠ ਕੇ ਅਕਬਰ ਨੂੰ ਤੇ ਫਿਰ ਆਪਾਂ ਦਰਸ਼ਨ ਦੇਣੇ ਆ ਫਿਰ ਮਿਲਣਾ ਹੈ ਸੋ ਗੱਲ ਇਹ ਆ ਬਈ ਉਹ ਜਿਹੜੇ ਲੰਗਰ ਆ ਨਾ ਜਿਹੜੀ ਕਮਿਊਨਿਟੀ ਕਿਚਨ ਆ ਜਿਹਨੂੰ ਲੋਕ ਮਤਲਬ ਅੰਗਰੇਜ਼ੀ ਚ ਕਮਿਊਨਿਟੀ ਕਿਚਨ ਕਹਿੰਦੇ ਆ ਨਾ ਆਪਣੇ ਲੰਗਰਾਂ ਨੂੰ ਤਾਂ ਇਹ ਲੰਗਰ ਤਾਂ ਪਹਿਲੀ ਪਾਤਸ਼ਾਹੀ ਦੇ ਲਾਏ ਹੋਏ ਲੰਗਰ ਨੇ ਤਾਂ ਇਹ ਰਹਿੰਦੀ ਦੁਨੀਆ ਤੱਕ ਜਦ ਤੱਕ ਮਨੁੱਖ ਇਸ ਧਰਤੀ ਤੇ ਜਿਉਂਦਾ ਵਸਦਾ ਆ ਤਦ ਤੱਕ ਉਹ ਲੰਗਰ ਚੱਲਦੇ ਰਹਿਣਗੇ ਇਹ ਅੱਤਵਾਦੀ ਦੱਸਣ ਇਹ ਵੱਖਵਾਦੀ ਦੱਸਣ ਔਰ ਖਾਲਸਾ اید ਨੂੰ ਨੋਬਲ ਪ੍ਰਾਈਜ਼ ਲਈ ਨਾਮਿਨੇਟ ਕਰਕੇ ਉਸ ਦੁਨੀਆ ਦੀ ਸਰਮੌਰ ਸੰਸਥਾ ਨੇ ਹੀ ਭਾਰਤ ਸਰਕਾਰ ਨੂੰ ਜਵਾਬ ਦੇ ਦਿੱਤਾ ਅੱਛਾ ਜਦੋਂ ਤਾਂ ਬੀਜੇਪੀ ਵਾਲੇ ਜਾਂ ਆਰਐਸਐਸ ਵਾਲੇ ਆਪਣਾ ਪ੍ਰਚਾਰ ਕਰਦੇ ਆ ਇਹਨਾਂ ਦੇ ਆਈਟੀ ਸੈੱਲ ਹੁੰਦੇ ਆ ਉਹ ਸਾਰਾ ਕੁਝ ਗਲਤ ਖਬਰਾਂ ਵੀ ਉੱਥੇ ਪ੍ਰਚਾਰਦੇ ਆ ਔਰ ਆਪਣੀਆਂ ਦੱਸਦੇ ਆਪੇ ਅਸੀਂ ਬਿਨਾਂ ਗੱਲ ਤੋਂ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਆਪਾਂ ਨੂੰ ਫੋਟੋਆਂ ਦੇਖਣ ਨੂੰ ਮਿਲ ਜਾਂਦੀਆਂ ਜਿਹੜੀਆਂ ਇਹਨਾਂ ਨੇ ਬਦਲ-ਬਦਲ ਕੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਪਈ ਉਹ ਬੁਲੇਟ ਟ੍ਰੇਨ ਤੱਕ ਵੀ ਪਛਾਈ ਦਿੱਤੀ ਸੀ ਇੰਡੀਆ ਦੇ ਵਿੱਚ ਨਹੀਂ ਫੋਟੋਆਂ 'ਚ ਜੀ ਉਦੋਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਫੇਸਬੁੱਕ ਤੇ ਟਵਿੱਟਰ ਉਹਨਾਂ ਨੂੰ ਸਾਧ ਰਹੇ ਆ ਵੀ ਭਾਈ ਤੁਸੀਂ ਆ ਕੇ ਜਵਾਬ ਦਿਓ ਤੁਸੀਂ ਅੱਜ ਕੱਲ ਜਿਹੜੀਆਂ ਖਬਰਾਂ ਫਲਾ ਰਹੇ ਹੋ ਦੇਸ਼ ਲਈ ਖਤਰਨਾਕ ਨੇ ਦੇਖੋ ਫੋਨ ਆਈਟੀ ਸੈੱਲ ਇਹਨਾਂ ਦਾ ਕੀ ਕਰਦਾ ਜੀ ਕਿੰਨਾ ਕੂੜ ਪ੍ਰਚਾਰ ਕਰਦਾ ਰਾਜਵਾਲ ਸਾਹਿਬ ਨੇ ਕਿਹਾ ਵੀ ਇਹ ਗੱਲਾਂ ਵੀ ਅਸੀਂ ਮਤਲਬ ਇਹ ਮੁੱਦੇ ਵੀ ਠਾਵਾਵਾਂਗੇ ਤੇ ਤੁਸੀਂ ਹਰ ਗੱਲ ਦਾ ਹੀ ਪਹਿਲਾਂ ਤਾਂ ਵੀ ਲਾਲ ਕਿਲੇ ਤੇ ਜੀ ਝੰਡਾ ਚਲਾਵਾਂਗੇ ਉੱਥੇ ਐਦਾਂ ਹੋ ਜੂਗੀ ਮਤਲਬ ਜਿਹੜਾ ਆ ਕਿਸਾਨ ਜਿਹੜਾ ਉਹ ਉੱਥੇ ਅਫਰਾ ਤਫਰੀ ਫਲਾਉਣਗੇ ਜਦੋਂ ਜਿਹੜੀ ਗੱਲ ਜਿਹੜੀ ਸੰਸਥਾ ਜਿਹੜਾ ਕੋਈ ਪਲੈਟਫਾਰਮ ਕਿਸਾਨਾਂ ਦੀ ਗੱਲ ਕਰਦਾ ਅੰਦੋਲਨ ਦੀ ਗੱਲ ਕਰਦਾ ਉਹਨਾਂ ਦੇ ਹੱਕ ਚ ਬੋਲਦਾ ਜੀ ਉਹ ਇਹਨਾਂ ਨੂੰ ਮਤਲਬ ਉਹ ਉਹਦੀ ਜਵਾਬਦੇਹੀ ਜਿਹੜੇ ਆ ਉਹ ਕਰਨ ਤਰ ਪੈਂਦੇ ਹੈਗੇ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਇਹ ਆਪਣੀਆਂ ਸਾਰੀਆਂ ਡਾਕਟਰਡ ਵੀਡੀਓਜ਼ ਐਂਡ 올 दैट ਉਹ ਸਾਰੀਆਂ ਚਲਾਉਂਦੇ ਰਹੇ ਆ ਉਹ ਉਹ ਚਲਾਉਂਦੇ ਨੇ ਜੀ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਸਤੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 確か,確か